ਵੱਡਾ ਪਖਾਨਾ ਆਵੇ ਆਪਣੇ ਤੇਰੇ ਸਿਰ ਤੇ ਆ ਗਈ ਹੈ। ਵੀ ਆਰ ਬਾਂਟ ਖੁਰਬਾਨੀ ਓਕੇ ਅੱਛਾ ਇੰਗਲਿਸ਼ ਨਾ ਅੱਛਾ ਮੈਂ ਕਿਹਾ ਮੈਨੂੰ ਕਹਿ ਰਿਹਾ ਨਾ ਤੋੜੋ ਆ ਤੋੜ ਕੇ ਖਾਣੀ ਆ ਇਸ਼ਾਰੇ ਨਾਲ ਸਾਰੀ ਲੈ ਨਹੀਂ ਗੱਲ ਸੀ ਇਹ ਇਸ਼ਾਰੇ ਦੀ ਜ਼ਬਾਨ ਤਕੜੀ ਆ ਭਾਈ ਮੈਂ ਇਸ਼ਾਰਾ ਤਾਂ ਨਹੀਂ ਕੀਤਾ ਮੈਂ ਕਿਤੇ ਮੰਗਣਾ ਲਾਣਾ ਸਮਝੇ ਨਾ ਉਹਨਾਂ ਨਹੀਂ ਪਤਾ ਇਹ ਨਹੀਂ ਸੀ ਪਤਾ ਤੋੜਦੇ ਇਹ ਆਹ ਦੇਖੀਆਂ ਤਸਵੀਰਾਂ ਦੇਖੀਆਂ ਸੀ ਅੱਛਾ ਅੱਛਾ ਟਾਪਾ ਕਾਪੀ ਆ ਟਾਪਾ ਕਾਪੀ ਆ ਕੈਪਾ ਟੋਪੀ ਆ ਕੈਪਾ ਟੋਪੀ ਤੀਸਰਾ ਦਿਨ ਤੇਰੇ ਨਾਂ ਨਹੀਂ ਦਿਮਾਗੇ ਚੜ੍ਹਿਆ ਮੇਰਾ ਕਿਹੜਾ ਇੱਥੇ ਰਕਬਾ ਹਾਂ ਆਪਾਂ ਅੱਜ ਦਿਹਾੜੀ ਰੁਕੇ ਹਾਂ ਤੇ ਆਪਾਂ ਸਵੇਰੇ ਗਏ ਨਾ ਚੇਤੇ ਕਰਕੇ ਕਰਨਾ ਕੀ ਆ ਚਲ ਠੀਕ ਹੈ ਚੱਲੀਏ ਫਿਰ ਆਪਾਂ ਠੀਕ ਚੱਲ ਹਾਂ ਇੱਥੇ ਬੰਦਿਆਂ ਨੇ ਮਰਨਾ ਇਹ ਸਾਡੇ ਪਾਕਿਸਤਾਨ ਦੀ ਬਰੀਡ ਹੈ ਅੱਛਾ ਯਕੀਨ ਕਰੀਏ ਸਾਡੇ ਪਾਕਿਸਤਾਨ ਦੀ ਬਰੀਡ ਆ ਭਲੇ ਵਕਤਾਂ ਦੇ ਵਿੱਚ ਨਾ ਇਹ ਇੱਥੇ ਨਾ ਲਿਆਂਦੀ ਤੇ ਹੁਣ ਇਹਨਾਂ ਨੇ ਮੱਲ ਮਾਰਨੀ ਇਹ ਕਹਿੰਦੇ ਵੀ ਸਾਡੀ ਹੈ ਲੇਕਿਨ ਨਾ ਸਾਮ ਕਿੱਡੀ ਵਧੀਆ ਤਰੀਕੇ ਨਾਲ ਕਰਨੇ ਵੇ ਖੁੱਲਾ ਛੱਡਿਆ ਮਾਲ ਸਾਰਾ ਖੁੱਲਾ ਜਗ੍ਹਾ ਖੁੱਲੀ ਆ ਖੁੱਲਾ ਹੀ ਛੱਡਣਾ ਅਸਲਾਮ ਅਲੈਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਪੰਜਾਬੀ ਐਕਸਪਲੋਰਰ ਅਸੀਂ ਨਿਕਲੇ ਹਾਂ ਤੁਹਾਨੂੰ ਪਤਾ ਰੋਡ ਟੂਰ 'ਤੇ ਇਸ ਵੇਲੇ ਟਰਕੀ ਹੈ ਸਾਡਾ ਦੂਸਰਾ ਦਿਨ ਕੈਪਾ ਟੋਕੀ ਅੱਜ ਅਸੀਂ ਅਤੇ ਸਵੇਰੇ ਸਵੇਰ ਹੁੰਦੀ ਹੈ ਇੱਥੇ ਨਾ ਮਸ਼ਹੂਰ ਜਿਹਦਾ ਕਰਕੇ ਆ ਹੌਟ ਏਅਰ ਬਲੂਨ ਦਾ ਕਰਕੇ ਇਹ ਮਸ਼ਹੂਰ ਆ ਬਾਕੀ ਇੱਥੇ ਮੋਨੂਮੈਂਟ ਬਹੁਤ ਵਧੀਆ ਵੇਖਣ ਵਾਲੇ ਆ ਅਤੇ ਜਿਹੜੇ ਹੌਟ ਬਲੂਨ ਵਾਲੇ ਆ ਸਵੇਰੇ ਸਵੇਰ ਲੈ ਕੇ ਜਾਂਦੇ 4:30 ਵਜੇ ਅਤੇ ਵੈਸੇ ਤੁਹਾਨੂੰ ਮੈਂ ਰਿਕਮੈਂਡ ਕਰਾਂਗਾ ਅਗਰ ਤੁਸੀਂ ਕੈਪਾ ਟੋਕੀ ਆਉਣਾ ਤਾਂ ਲਾਜ਼ਮੀ ਹੌਟ ਬਲੂਨ ਕਰੋ ਲੇਕਿਨ ਇੱਕ ਦਿਨ ਪਹਿਲਾਂ ਕਰੋ ਅਸੀਂ ਰਾਤੀ ਐਟ ਦਾ ਸਪੋਟ ਕਰਨ ਗਏ ਹਾਂ ਵੈਸੇ ਸਾਡਾ$100 ਲੱਗਦਾ ਵਾ ਰਾਤੀ ਅਸੀਂ ਗਏ ਅਤੇ ਨਾ 170-180 ਗਏ ਆ ਫਿਰ ਕਿਉਂਕਿ ਮਹਿੰਗਾ ਸਾਡੇ ਬਜਟ ਤੋਂ ਆਊਟ ਹੋ ਜਾਂਦਾ ਕਿਉਂਕਿ ਅੱਗੇ ਘੁੰਮਣਾ ਬੜਾ ਵਾ ਡਾਲਰ ਮੁੱਕ ਜਾਣੇ ਅਤੇ ਅਸੀਂ ਹੌਟ ਬਲੂਨ ਨਹੀਂ ਲਿਆ ਅਸੀਂ ਜਾ ਰਹੇ ਹਾਂ ਕਿਉਂਕਿ ਅਸੀਂ 3 ਜਣੇ ਹਾਂ ਮੈਂ ਅੰਜਮ ਨਾਲ ਸ਼ਫਕਤ ਆ ਹੁਣ ਅਸੀਂ ਉਹ ਜਿੱਥੋਂ ਨਜ਼ਰ ਆਉਂਦੇ ਆ ਵਧੀਆ ਲਾਗੋ ਲਾਗੋ ਹੋਟਲ ਰੂਫ ਟੋਪ 'ਤੇ ਉਹ ਵੇਖਣ ਵਾਸਤੇ ਜਾ ਰਹੇ ਹਾਂ ਅਤੇ ਹੌਟ ਬਲੂਨ ਵੇਖਣ ਤੋਂ ਬਾਅਦ ਕੁਛ ਨਾ ਕੁਛ ਹੋਰ ਕੈਪਾ ਟੋਕੇ ਦਾ ਲਾਗੋ ਲਾਗੋ ਤੁਹਾਨੂੰ ਵਿਖਾਵਾਂਗੇ ਅਸੀਂ ਰਾਤੀ ਇੱਕ ਪਿੰਡ ਜਾਣਾ ਸੀ ਜਿਹੜਾ ਅੰਡਰਗਰਾਊਂਡ ਸਿਟੀ ਪਿੰਡ ਆ ਉਹਦਾ ਕੀ ਨਾਮ ਸੀ ਗਿਰਜ਼ਨੂ ਕੀ ਆ ਇਸ ਤਰ੍ਹਾਂ ਦਾ ਕਰਕੇ ਅਤੇ ਉਹ ਰਸਤਾ ਬੰਦ ਸੀ ਬਲੋਕ ਸੀ ਉੱਥੇ ਜਾ ਨਹੀਂ ਸਕੇ ਸੋ ਇਸ ਤੋਂ ਹੁਣ ਸਵੇਰੇ ਸਵੇਰ 5:00 ਕੁਛ ਮਿੰਟ ਹੋਏ ਨੇ ਆਪਾਂ ਜਾ ਰਹੇ ਹਾਂ ਫਿਰ ਅੱਗੇ ਦਾ ਸਫ਼ਰ ਸ਼ੁਰੂ ਕਰ ਗਏ ਆ ਜਾਓ ਫਿਰ ਚੱਲੀਏ ਤੁਹਾਨੂੰ ਵਿਖਾਉਂਦੇ ਹਾਂ ਜਾ ਕੇ ਹੌਟ ਬਲੂਨ ਅੰਜਮ ਇੱਧਰਾਂ ਹੀ ਇਹਨੂੰ ਬਿਠਾਉਣਾ ਸੀ ਵਿੱਚ ਉੱਤੇ ਆਉਂਦਾ ਮੈਨੂੰ ਡਰ ਲੱਗਦਾ ਕੀ ਗੱਲ ਬਣੀ ਮੈਨੂੰ ਨਾ ਬਹੁਤਾ ਚੜ੍ਹਾਈ ਚੜ੍ਹ ਜਾਵਾਂ ਨਾ ਮੇਰਾ ਰੂਹ ਘਾਬਰਦਾ ਚੜ੍ਹਾਈ ਚੜ੍ਹਦਾ ਨਹੀਂ ਹਾਂ ਚੜ੍ਹਾਂ ਵੀ ਨਾ ਮੈਂ ਹੇਠਾਂ ਨਹੀਂ ਵੇਖਦਾ ਅਤੇ ਹੁਣ ਉੱਤੋਂ ਕੀ ਕਰੇਗਾ ਉਹ ਤਾਂ ਜਿੰਨਾ ਮਰਜ਼ੀ ਦਿਖਾ ਲਾ ਨਹੀਂ ਤਾਂ ਹੌਟ ਬਲੂਨ ਜਦੋਂ ਚੜ੍ਹਨਾ ਸੀ ਆਪਾਂ ਉਹ ਤਾਂ ਹੇਠਾਂ ਖਲੋ ਕੇ ਦੇਖਣਾ ਨਾ ਤਾਂ ਉਹਨੂੰ ਵੇਖਣਾ ਸੀ ਤਾਂ ਉਹਨੂੰ ਵੇਖਣ ਨਾਲ ਕੁਛ ਨਹੀਂ ਹੁੰਦਾ ਥਾਂ ਨੂੰ ਵੇਖਣ ਨਾਲ ਹੁੰਦਾ ਹੁੰਦਾ ਕਿ ਬੰਦਿਆਂ ਨੂੰ ਇਹ ਮਸਲਾ ਹੈ ਤੈਨੂੰ ਵੀ ਹੈਗਾ ਮੈਨੂੰ ਵੀ ਹੈ ਜਮਾਂਦਰੂ ਆ ਹਾਂ ਨਹੀਂ ਅੱਜ ਤਾਂ ਸੋਹਣਾ ਵੀ ਲੱਗਣ ਆ ਵਾਲ ਵੂਲ ਵਾਏ ਆ ਮੈਂ ਨਹਾਤਾ ਹੁਣ ਬੋਸਕੀ ਦਾ ਸੂਟ ਆ ਪਤਾ ਨਹੀਂ ਕੈਮਰੇ 'ਚ ਪਤਾ ਲੱਗ ਰਿਹਾ ਕਿ ਨਹੀਂ ਮਹਿੰਗਾ ਸੂਟ ਹੈ ਬੋਸਕੀ ਦਾ ਬੋਸਕੀ ਦਾ ਮੇਰੇ ਵਿਆਹ ਦਾ ਸੂਟ ਆ ਅੱਛਾ ਹਾਂ ਵਿਆਹ ਨੂੰ ਕਿੰਨੇ ਸਾਲ ਹੋ ਗਏ 2019 ਹੋਇਆ ਸੀ 4 ਸਾਲ ਹੋ ਗਏ 5 ਇਹ ਬੋਸਕੀ ਨੂੰ ਕੁਛ ਨਹੀਂ ਹੁੰਦਾ ਅੱਛਾ ਬੋਸਕੀ ਉਦਾਂ ਦੀ ਉਦਾਂ ਰਹਿੰਦੀ ਆਹ ਫਿਰ ਚੱਲੀਏ ਇਹਨੂੰ ਕੁਛ ਨਹੀਂ ਹੁੰਦਾ ਉਹ ਚੱਲੀਏ ਆ ਜਾਓ ਲਓ ਵੀ ਗੱਡੀ ਆਪਾਂ ਪਹੁੰਚ ਗਈ ਆ ਗਏ ਪਹਿਲਾਂ ਗਰੋਮੇ ਆ ਜਿੱਥੋਂ ਵਿਊ ਪੁਆਇੰਟ ਫਿਰ ਆਪਾਂ ਉਹ ਹੋਟਲਾਂ 'ਤੇ ਜਾਂਦੇ ਹਾਂ ਉੱਥੇ ਜਾ ਕੇ ਵੇਖਦੇ ਹਾਂ ਵੀ ਕਿਸ ਤਰ੍ਹਾਂ ਦੇ ਨਜ਼ਾਰੇ ਆ ਉੱਥੇ ਇੱਧਰ ਅੰਜਮ ਵੇਖ ਰਿਹਾ ਵੀ ਹੌਟ ਬਲੂਨ ਕਿਵੇਂ ਉੱਡਦੇ ਬਹੁਤ ਸੋਹਣਾ ਨਜ਼ਾਰਾ ਇਹਨੂੰ ਵੇਖਣ ਆਉਂਦੇ ਸਨਰਾਈਜ਼ ਵੇਖਣ ਆਉਂਦੇ ਵੀ ਸੂਰਜ ਜਦੋਂ ਨਿਕਲਦਾ ਨਾ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਮਤਾ ਹੁੰਦਾ ਇੱਥੇ ਵੈਸ ਰਿਹਾ ਕਿੱਡੇ ਉੱਚੇ ਉੱਚੇ ਲੱਗ ਗਿਆ ਆਪਣੇ ਲਾਗੇ ਆ ਗਿਆ ਵੇ ਇਹ ਬਹਿ ਸਕਦਾ ਬਹਿਣਾ ਇਹਦੇ ਤੇ ਮੈਂ ਨਹੀਂ ਬਹਿ ਸਕਦਾ ਕਿਉਂ ਇਹਨੂੰ ਵੇਖਿਆ ਖੌਫ ਆ ਰਿਹਾ ਵੇਖ ਵੇਖ ਆਪਣੇ ਸਿਰ ਤੇ ਵੇਖ ਇਹ ਮੈਂ ਕਿ ਨਾਗ ਬਲ ਰਹੀ ਹੈ ਤੇ ਆਹਾ ਆਓ ਵੇ ਬੰਦਾ ਹੀ ਨਾ ਸਾੜ ਦੇ ਆਓ ਵੇ ਆਓ ਅੱਗ ਬਲਦੀ ਇਹ ਹੁਣ ਬਿਠਾਉਣ ਡੇ ਨੇ ਸਵਾਰੀਆਂ ਪੂਰੀਆਂ ਕਰਨ ਡੇ ਹਾਂ ਉਹ ਇਕੱਲਾ ਹੀ ਫਿਰਦਾ ਉਹਨੂੰ ਬੰਦਾ ਕੋਈ ਲੱਭਦਾ ਮਾਰ ਹਾਕ ਉਹਨੂੰ ਮਾਰ ਬਿਠਾ ਲਾ ਸਾਨੂੰ ਹੈਲੋ ਉਹ ਬਿਠਾ ਲਾ ਬੜਾ ਯਾਰ ਵੱਡਾ ਪਖਾਨਾ ਬਣਾਇਆ ਵੱਡਾ ਪਖਾਨਾ ਆਵੇ ਆਪਣੇ ਤੇਰੇ ਸਿਰ 'ਤੇ ਆ ਗਈ
ਆਹ ਵੇ ਕਿੰਨੇ ਲੋਕ ਬਿਠਾਏ ਹੋਏ ਚੰਨੇ ਆ। ਦੂਸਰੇ ਕੈਮਰੇ 'ਚ ਮੇਰੇ ਖਿਆਲ ਤੁਹਾਨੂੰ ਤੁਸੀਂ ਨਹੀਂ ਸਹੀ ਤਰ੍ਹਾਂ ਨਜ਼ਰ ਆ ਸਕਿਆ ਵੀ ਆਹ ਥੱਲੇ ਜਿਹੜੇ ਪਹਾੜ ਨੇ ਐਂ ਜਿਵੇਂ ਲੱਗਦਾ ਵੀ ਹੁੰਦੇ ਆ ਆਇਸ਼ ਦੇ ਪਹਾੜ ਹੁੰਦੇ ਪਹਾੜੀਆਂ ਹੁੰਦੀਆਂ, ਲੇਕਿਨ ਇਹ ਹੈ ਹਾਰਡ ਪੱਥਰ ਅਤੇ ਉਹ ਜਿਹੜੇ ਘਰ ਨੇ ਜਿਵੇਂ ਤੁਹਾਨੂੰ ਕੱਲ੍ਹ ਵੀ ਵਿਖਾਇਆ ਸੀ, ਇਹਨਾਂ ਨੂੰ ਤਰਾਸ਼ ਤਰਾਸ਼ ਕੇ ਮਤਲਬ ਇਹਨਾਂ ਦੇ ਵਿੱਚ ਘਰ ਬਣਾਏ ਗਏ ਨੇ, ਘਰ ਬਣਾਏ ਨੇ ਜਿਹੜੇ 10-10 ਮੰਜ਼ਿਲਾਂ 'ਤੇ ਮਸੀਤ ਨੇ ਘਰ, ਐਡੇ ਖੂਬਸੂਰਤ ਘਰ ਬਣਾਏ ਨੇ ਵਿੱਚ, ਅਤੇ ਹਾਲੇ ਵੀ ਲੋਕ ਉਹਨਾਂ 'ਚ ਰਹਿੰਦੇ ਨੇ। ਲੇਕਿਨ ਆਨੰਦਸ ਵੀ ਉਹ ਕੱਲ੍ਹ ਵੀ ਦੱਸਣ ਡਿਆ ਵੀ ਜਿਹੜੀ ਸਾਡੀ ਚੌਥੀ ਜਨਰੇਸ਼ਨ ਹੈ ਅੱਜ ਤੋਂ ਪਹਿਲਾਂ ਉਹ ਪ੍ਰੋਪਰ ਇੱਥੇ ਇਹਨਾਂ ਜਗ੍ਹਾਵਾਂ 'ਤੇ ਰਹਿੰਦੇ ਸਨ। ਹੁਣ ਕੈਫੇ ਬਣਾਏ ਨੇ, ਹੋਟਲ ਬਣਾਏ ਨੇ, ਰੈਸਟੋਰੈਂਟ ਬਣਾਏ ਨੇ, ਲੋਕਾਂ ਦੇ ਰੁਕਣ ਵਾਸਤੇ ਕੇਵਸ ਜਿਹੜੇ ਅਕੋਮੋਡੇਸ਼ਨ ਨੇ ਉਹ ਬਣਾਈਆਂ ਨੇ, ਅਤੇ ਬਹੁਤ ਸੋਹਣਾ ਹੋ ਗਿਆ। ਇੱਧਰ ਵਾਲਾ ਆਪਾਂ ਕੁਛ ਨਾ ਕੁਛ ਵੇਖ ਲਿਆ, ਇੱਥੋਂ ਸਨਰਾਈਜ਼ ਵੇਖ ਕੇ ਹੁਣ ਆਪਾਂ ਚੱਲਦੇ ਹਾਂ ਦੂਜੀ ਸਾਈਡ 'ਤੇ ਉਹਨਾਂ ਹੋਟਲਾਂ ਵਾਲੀ ਸਾਈਡ 'ਤੇ, ਜੇ ਉੱਥੋਂ ਕੋਈ ਸਾਨੂੰ ਵਧੀਆ ਲੋਕੇਸ਼ਨ ਲੱਭ ਗਈ। ਹੁਣ ਚੱਲਦੇ ਹਾਂ ਦੂਜੀ ਹੁਣ ਇੱਥੋਂ ਇਹ ਵੇਖ ਲਿਆ ਆਪਾਂ, ਇੱਥੋਂ ਹੁਣ ਨਿਕਲਦੇ ਆਪਾਂ ਅੱਗੇ ਉਹ ਹੋਟਲ ਵਾਲੀ ਸਾਈਡ 'ਤੇ ਚੱਲਦੇ ਹਾਂ ਉੱਧਰ, ਜੇ ਉੱਥੇ ਸਾਨੂੰ ਵਧੀਆ ਲੋਕੇਸ਼ਨ ਲੱਭ ਗਈ ਅਤੇ ਉੱਥੇ ਵੀ ਰਿਕਾਰਡਿੰਗ ਕਰਦੇ ਹਾਂ, ਬਾਕੀ ਕਰਕੇ ਲੈਂਡਸਕੇਪ ਤੁਹਾਡੇ ਨਾਲ ਸੋਰੀ ਟਾਈਮ ਲੈਪਸ 'ਤੇ ਲਾ ਕੇ ਵੀ ਵੀਡੀਓ ਸ਼ੇਅਰ ਕੀਤੀ, ਸਰਾਇਆ ਸਾਹਿਬ ਬਣਾ ਕੇ ਵੀਡੀਓ ਅਤੇ ਵਿੱਚ ਬਹਿ ਗਏ ਅਤੇ ਸ਼ੀਨਾ ਸਾਹਿਬ ਆਓ ਅੱਗੇ ਚੱਲੀਏ ਹੁਣ ਆਪਾਂ। ਹਾਂਜੀ ਸਰਾਇਆ ਸਾਹਿਬ ਬਸ, ਹਾਂਜੀ ਚੱਲੀਏ ਚੱਲੀਏ, ਅੱਲਾ ਖੈਰ ਕਰੇ। ਕਿੱਦਾਂ ਦੀ ਆਈ ਫਿਰ ਵੀਡੀਓ? ਵੀਡੀਓ ਚੰਗੀ ਆਈ ਹੈ ਤਾਂ ਨਜ਼ਾਰਾ ਬੜਾ ਦੇਖਣਾ, ਦੇਖਣ ਨੂੰ ਇਹ ਅੱਗੇ ਤਸਵੀਰਾਂ 'ਚ ਦੇਖੀ ਸਾਰੀ ਉਮਰ। ਹਾਂ ਤੂੰ ਅੱਜ ਸਾਹਮਣੇ ਕਢਾ ਕੇ ਭਗਾਨੇ ਦੁਕਾਨ ਭਗਾਨੇ ਵੇਖਦੇ। ਹਾਂ ਅੱਗੇ ਤੂੰ ਕਿੱਥੇ ਤਸਵੀਰਾਂ ਵੇਖੀਆਂ ਜੀ? ਤੀਸਰਾ ਦਿਨ ਤੇਰੇ ਨਾਂ ਨੀ ਦਿਮਾਗੇ ਚੜਿਆ, ਮੇਰਾ ਕਿਹੜਾ ਇੱਥੇ ਰਕਬਾ? ਹਾਂ ਆਪਾਂ ਅੱਜ ਦਿਹਾੜੀ ਰੁਕੇ ਹਾਂ, ਆਪਾਂ ਸਵੇਰੇ ਗਏ ਨਾ, ਚੇਤੇ ਕਰਕੇ ਕਰਨਾ ਕੀ? ਚਲੋ ਠੀਕ ਹੈ ਚੱਲੀਏ ਫਿਰ ਆਪਾਂ। ਵਾਲ ਤੇਰੇ ਸਵੇਰੇ ਵਾਹੇ, ਫਿਰ ਖਿਲਾਰਨ ਲਈ ਕੀ ਕੀਤਾ ਜੀ? ਸੁੱਤਾ ਰਿਹਾ। ਘੁੰਮਣਾ ਹੈ ਕਿ ਸੌਣਾ ਹੈ? ਤੂੰ ਨਹੀਂ ਘੁੰਮਣ ਦਾ ਵੀ ਕੋਈ ਟਾਈਮ ਹੁੰਦਾ, ਤੂੰ ਰਾਤੀ 3 ਵਜੇ ਠਾ ਕੇ ਕਹਿੰਦਾ ਚੱਲ ਘੁੰਮਣ ਚੱਲੀਏ, ਉਸ ਟਾਈਮ ਨਹਾ ਧੋ ਕੇ ਕੱਪੜੇ ਪਾਏ। ਨਹੀਂ ਤੇ ਉਦੋਂ ਹੀ ਤਾਂ ਮਜ਼ਾ ਹੁੰਦਾ ਨਾ, ਜਾਣਾ ਸੀ ਆਪਾਂ ਵੇਖਣ। ਨਹੀਂ ਵੇਖ ਕੇ ਆ ਕੇ ਫਿਰ ਸੌਣ ਦਾ ਧੋ ਕੀ ਬਣਦਾ ਸੀ, ਫਿਰ ਆ ਕੇ ਤੂੰ ਕਿਹਾ ਸੌਂ ਜਾਓ ਫਿਰ ਸੌਂ ਗਏ। ਬਾਕੀ ਤੈਨੂੰ ਮੈਂ ਗੱਲ ਦੱਸਾਂ, ਬੋਸਕੀ ਦਾ ਹੁਸਨ ਹੀ ਆ ਵਾਟਨ, ਜਿਹੜੇ ਵਾਟਨ ਇਹ ਹੈ ਇਸਤਰੀ ਕੀਤੀ ਬੋਸ ਕੀ, ਪਤਾ ਨਹੀਂ ਲੱਗਦਾ ਵੀ ਬੋਸ ਕੀ ਕਿਹੜੀ ਆ ਵੀ ਸਹੀ ਆ ਕਿ ਗਲਤ ਆ, ਇੱਕ ਨੰਬਰ ਆ। ਇਦਾਂ ਪਤਾ ਲੱਗਦਾ ਜਦੋਂ ਬੋਸ ਕੀ ਨੂੰ ਪਏ ਹੋਣਗੇ ਨਾ ਵੱਟ, ਫਿਰ ਦੂਰੋਂ ਪਤਾ ਲੱਗ ਜਾਂਦਾ। ਆ ਫੜ ਇਹਨੂੰ, ਇਹਨੂੰ ਖੋਲੀ ਆ ਫਸਾ ਬੈਠੇ ਸੀ ਬੈਲਟ, ਇਹਨੂੰ ਪਤਾ ਨਹੀਂ ਕੀ ਬਣਿਆ ਹੀ ਹੁਣ। ਇਹ ਜੀ ਸਿਆਣੇ ਕਹਿੰਦੇ ਲੰਮੇ ਬੰਦੇ ਦੇ ਨਾ ਗਿੱਟਿਆਂ ਚੱਕੜ ਹੁੰਦੀ, ਇਹ ਨਾ ਪਾਣਾ ਰੱਸੀ ਇਧਰੋਂ ਪਾਣੀ ਸੀ ਤੇ ਪਾ ਇਧਰੋਂ ਦਿੱਤੀ, ਤੇ ਹੁਣ ਹੁਣ ਸਿਆਣਾ ਕੀ ਕਰੇ ਵੀ ਹੁਣ ਤੂੰ ਉਸ ਟਾਈਮ ਪੁੱਛਦਾ ਰੱਸੀ ਪਾਣ ਲੱਗਾ, ਹੁਣ ਕੀ ਜਦੋਂ ਕੰਮ ਖਰਾਬ ਫਿਰ ਹੀ ਸਿਆਣਿਆਂ ਨੂੰ ਪੁੱਛੀ ਦਾ ਸਿਆਣਾ ਸਾਹਿਬ ਕਰੋ ਕੁਛ। ਹੁਣ ਇੱਕ ਤਾਂ ਸਿਆਣਾ ਸਾਹਿਬ ਦੀ ਨੀਂਦ ਨਹੀਂ ਪੂਰੀ ਹੋਈ ਸੀ, ਇਹ ਤਾਂ ਥੋੜ੍ਹਾ ਜਿਹਾ ਨਾ ਤੁਸੀਂ ਇਹਨੂੰ ਮੰਡ ਕੇ ਰੱਖੋ ਅਤੇ ਮੈਂ ਕਿਸੇ ਸ਼ਾਇਦ ਨਾ ਕੁੰਡੀ ਸ਼ੁੰਡੀ ਜਿਹੜਾ ਉਹ ਨਾ ਜੀ ਮੰਡਿਆ ਨਹੀਂ ਕੰਮ ਚੱਲਣਾ। ਇਹ ਆਹ ਆਈਡੀ ਨਾ ਆਈਡੀ ਮੈਨੂੰ ਕੱਢਣ ਦੇ ਵਿੱਚ ਉਹਦਾ ਸਕਰੂਪ ਸਰਾ ਪਾਨੇ ਕੱਢਣ ਦੇ। ਲਓ ਵੀ ਰੱਸਾ ਸਾਡਾ ਖੁੱਲ੍ਹਾ ਕੋਈ ਨਹੀਂ, ਅਸੀਂ ਹੈਗਾ ਵੀ ਮਕੈਨਿਕ ਕੋਲ ਜਾ ਕੇ ਖਿਲਾਉਂਦੇ ਹਾਂ,
ਤੇ ਕਰ ਲਈ ਆਪਾਂ ਤਿਆਰੀ ਜਾਣ ਦੀ ਅੱਗੇ ਕੈਪਾਟੋਕੀਆ ਤੋਂ ਕੂਨੀਆ। ਇਹ ਰਾਤੀ ਆਹ ਹੋਟਲ ਲਿਆ ਸੀ, ਜਿਵੇਂ ਤੁਹਾਨੂੰ ਦੱਸਿਆ ਸੀ ਨਾ, ਜੇ ਥੋੜ੍ਹਾ ਜਿਹਾ ਸ਼ਹਿਰ ਤੋਂ ਦੂਰ ਆ ਕੇ ਲੈ ਲਓ ਤਾਂ ਸਸਤਾ ਮਿਲਦਾ, ਸਾਨੂੰ ਸਸਤਾ ਲੱਭ ਗਿਆ। ਤਿੰਨਾਂ ਬੰਦਿਆਂ ਦਾ ਸਾਨੂੰ ਮਿਲ ਗਿਆ ਇਹ 1500 ਲੀਰੇ ਦਾ। ਵੈਸੇ ਜਿਹੜਾ ਉਹ 3500 ਲੀਰੇ ਦਾ ਰੂਮ ਸੀ ਇੱਥੇ। ਇਹ ਥੋੜ੍ਹਾ ਜਿਹਾ ਦੂਰ ਹੈ, 8 ਕਿਲੋਮੀਟਰ ਇਹਦੇ ਤੋਂ ਕੈਪਾਟੋਕੀਆ ਤੋਂ ਉੱਚੀ ਸਰ ਤੋਂ ਥੋੜ੍ਹਾ ਜਿਹਾ ਬੈਕ ਸਾਈਡ 'ਤੇ, ਅਤੇ ਸਸਤਾ ਸਾਨੂੰ ਲੱਭ ਗਿਆ। ਅਤੇ ਹੁਣ ਸਾਡੀ ਤਿਆਰੀ ਹੈ ਜਾਣ ਦੀ ਅੱਗੇ ਇੱਕ ਦੋ ਜਗ੍ਹਾਵਾਂ 'ਤੇ ਹੋਰ ਵੇਖ ਰੁਕਣਾ ਰਾਹ 'ਚ, ਅਤੇ ਕੂਨੀਆ। ਕੂਨੀਆ ਅਸੀਂ ਪਹੁੰਚਣਾ, ਕਿੰਨੇ ਘੰਟੇ ਦੀ ਡਰਾਈਵ ਹੈ? ਡਰਾਈਵ ਸਾਡੀ ਆ 2 ਘੰਟੇ 53 ਮਿੰਟ ਦੀ, 230 ਕਿਲੋਮੀਟਰ ਹੈ। ਅਤੇ ਅੱਜ ਅਸੀਂ ਕੂਨੀਆ ਪਹੁੰਚ ਕੇ ਅਤੇ ਮੌਲਾਨਾ ਰੂਮੀ ਸਾਹਿਬ ਦੇ ਮਜ਼ਾਰ 'ਤੇ ਜਾਵਾਂਗੇ। ਅਤੇ ਉੱਥੇ ਇੱਕ ਹੋਰ ਦੋ ਜਗ੍ਹਾਵਾਂ 'ਤੇ ਵਧੀਆ ਮੈਨੂੰ ਕਿਸੇ ਦੱਸਿਆ ਦੋਸਤ ਨੇ, ਸੁਜੈਸਟ ਕੀਤਾ ਵੀ ਉੱਥੇ ਜਿਹੜਾ ਇਹਨਾਂ ਦਾ ਟ੍ਰੈਡੀਸ਼ਨ ਨਹੀਂ ਹੁੰਦਾ ਉਹ ਝੂਮਰ, ਜਿਹੜੀ ਝੂਮਰ ਨਹੀਂ ਧਮਾਲ, ਧਮਾਲ ਜਿਹੜੀ ਧਮਾਲ ਆ ਉਹ ਵੇਖਣੀ ਹੋ ਕੇ ਨਾ, ਤੇ ਉਹ ਧਮਾਲ ਖੇਡਦੇ। ਉਹ ਧਮਾਲ ਦਾ ਵੀ ਇੱਕ ਪੂਰਾ ਫਲਸਫਾ, ਉਹ ਪੂਰੀ ਘੰਟਾ ਹੁੰਦੀ ਆ ਤੇ ਸਰਕਾਰੀ ਹੁੰਦੀ ਆ, ਉੱਥੇ ਕੋਈ ਐਂਟਰੀ ਫੀਸ ਨਹੀਂ, ਫ੍ਰੀ ਆ, ਫ੍ਰੀ ਵਾਲਾ ਕੰਮ ਆਪਾਂ ਅੱਗੇ ਲੱਭੀਦਾ। ਜੇ ਉਹਨਾਂ ਨੇ ਛੁੱਟੀ ਦੇ ਦਿੱਤੀ ਨਾ ਤੇ ਫਿਰ ਮੈਂ ਵੀ ਧਮਾਲ ਪਾਉਂਗਾ। ਅੱਛਾ, ਹਾਂ ਉਹ ਤੋਂ ਸੂਫੀਜ਼ਮ ਦੀ ਤਸੱਵਫ ਦੀ ਧਮਾਲ, ਧਮਾਲ ਦੀ ਗੱਲ ਹੀ ਹੋਰ ਆ। ਅੱਛਾ, ਇੱਕ ਮੈਂ ਤੁਹਾਨੂੰ ਦੱਸੀ ਜਾਵਾਂ ਕਿ ਨਾਸਰ ਸਾਹਿਬ ਨੇ ਸਫ਼ਰ ਕੀਤਾ ਤੇ ਬੜਾ ਕੁਛ ਸਿੱਖਿਆ ਜੀ। ਕੀ ਕੰਜੂਸੀ ਸਿੱਖੀ ਹੈ ਜੀ, ਵੀ ਇਹਨੂੰ ਢਿੱਲੂ ਨਹੀਂ ਹੋਣਾ ਚਾਹੀਦਾ ਸੀ, ਸ਼ੇਖ ਢਿੱਲੂ ਹੋਣਾ ਚਾਹੀਦਾ ਸੀ। ਕੰਜੂਸੀ ਕਿਵੇਂ ਸਿੱਖੀ ਤਾਂ? ਆ ਬਚਤ ਕਰਨਾ ਇਹ ਬੜੀ ਕੰਮ ਆਉਂਦੀ ਹੈ, ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਸੀ ਪਤਾ। ਬਚਤ ਹਾਲੀ ਮਹੀਨੇ ਪੂਰੇ ਦਾ ਟੂਰ ਹੈ ਤੇ ਜਿਹੜਾ ਆਪਾਂ ਬਜਟ ਬਣਾਇਆ ਸੀ ਤਾਂ ਬਜਟ ਉਹਨੇ ਪੈਸੇ ਨਾ ਪੂਰੇ ਤੇ ਫਿਰ ਕੀ ਕਰਨਾ। ਮੈਂ ਗੱਲ ਕਰਦਾ ਵੀ ਇਹ ਸਿੱਖਿਆ ਤੇਰੇ ਕੋਲੋਂ। ਅੱਛਾ, ਇਹ ਸ਼ਹਿ ਬੜੀ ਚੰਗੀ ਹੈ, ਸਿੱਖੀ ਆ। ਸਫ਼ਰ 'ਚ ਸਿਆਣੇ ਕਹਿੰਦੇ ਕਰੋ, ਕੋਈ ਮੇਰਿਆਂ ਨੂੰ ਕਰਕੇ ਤੇਰੇ ਵੱਲ ਨਹੀਂ ਆ। ਸਫ਼ਰ 'ਚ ਸਿਆਣੇ ਬਚਤ ਕਹਿੰਦੇ ਤੇ ਸਿਆਣੇ ਇਹ ਵੀ ਕਹਿੰਦੇ ਵੀ ਪੈਸੇ ਜੇਬ 'ਚੋਂ ਲਾਈਦੇ ਵੀ ਹੁੰਦੇ ਆ। ਹੁਣ ਮੈਂ ਵੀ ਵੀਡੀਓ ਬਣਾਇਆ ਕਰੂੰ। ਮੈਂ ਪਰਸੋਂ ਆਇਆ ਤੇ ਪਰਸੋਂ ਦੇ ਅੰਜਮ ਹੀ ਕੋਈ ਪੈਸੇ ਅੰਜਮ ਦੀ ਲਾਉਣ ਡਿਆ ਵੀ ਮੈਂ ਤੇ ਆਪਣਾ ਬਟੂਆ ਕੱਢਿਆ ਵੀ ਨਹੀਂ ਤੇ ਡਾਲਰ ਡਿਆ ਵਰਤਣ, ਤੇ ਦੂਜਾ ਇਹ ਵੀ ਬੈਗ ਇਹਦਾ ਨਾ ਪਿੱਛੇ ਉਹ ਪੁਰਾਣਾ ਵਾ ਭਰਜਾਈ ਸਾਡੀ ਦੇ ਜੇਜ ਵਾਲਾ ਬੈਗ ਆ, ਅਤੇ ਵੈਸੇ ਸੁੱਟਣਾ ਨਹੀਂ ਗਾ ਲੇਕਿਨ ਉਹ ਖਿੱਚਿਆ ਨਹੀਂ ਜਾਂਦਾ ਸਿਰ 'ਤੇ ਲੈ ਕੇ ਭੱਜਿਆ ਫਿਰਦਾ, ਅਤੇ ਕਿਉਂਕਿ ਅੱਗੇ ਟਿਕਟ ਕਰਾਈ ਪੈਸੇ ਵਾਹਵਾ ਲੱਗ ਗਏ, ਜੇ ਕਿਸੇ ਨੇ ਬੈਗ ਇਹਨੂੰ ਲੈ ਕੇ ਦੇਣਾ ਜ਼ਰੂਰ ਲੈ ਦਿਓ। ਨਹੀਂ ਨਹੀਂ ਨਹੀਂ, ਬੈਗ ਤਾਂ ਮੈਂ ਬਦਲਣਾ ਨਹੀਂ ਹੈ, ਉਹ ਮੇਰੇ ਦਹੇਜ ਦਾ, ਮੈਂ ਸਿਰ 'ਤੇ ਕੀ ਮੈਂ ਸੀਨੇ ਨਾਲ ਲਾਈ ਰੱਖਾਂ। ਆਏ ਸੁਭਾਨ ਅੱਲਾ, ਇੱਕ ਤਾਂ ਮੈਨੂੰ ਸੁਭਾਨ ਅੱਲਾ ਰਾਹ ਦੇ ਵਿੱਚ ਮੌਤ ਕਰਾ। ਅੱਛਾ, ਹਾਂ, ਤੇ ਇੱਕ ਆਪਾਂ ਕਿਤੋਂ ਚਾਹ ਪੀਣੀ ਹੈ। ਅੱਛਾ, ਕਿਹੜੀ? ਦੁੱਧ ਵਾਲੀ। ਦੁੱਧ ਵਾਲੀ? ਤੂੰ ਤਾਂ ਆਪਣੇ ਕੋਲ ਇੰਤਜ਼ਾਮ ਹੈਗਾ, ਕਿਤੇ ਰੋਕ ਕੇ ਬਣਾ ਕੇ ਪੀਵਾਂ। ਹਾਂ, ਉਹ ਚਾਹ ਪਿਆ ਤੂੰ, ਇੱਥੇ ਚਾਹ ਪੀਂਦੇ ਆ ਦੂਈ, ਦੂਈ ਪੀਂਦੇ। ਹਾਂ, ਇੱਥੇ ਦੁੱਧ ਵਾਲੀ ਗੱਲ ਹੀ ਕੋਈ ਨਹੀਂ। ਲਓ ਜੀ, ਕਰੀਏ ਆਪਾਂ ਫਿਰ ਸਫ਼ਰ ਸਟਾਰਟ। ਹਾਂਜੀ, ਰੱਬ ਦਾ ਨਾਂ ਲੈ ਕੇ ਤੇ ਪਿੱਛੇ ਸਾਡੇ ਛੀਨਾ ਸਾਹਿਬ ਰੈਸਟ ਫਰਮਾ ਰਹੇ, ਸਮਾਨ ਸਮਾਨ ਅਸੀਂ ਉੱਤੇ ਰੱਖ ਲਿਆ ਤੇ ਪਿੱਛੇ ਮਾਹੌਲ ਖੁੱਲ੍ਹਾ। ਅਤੇ ਜਿਹੜਾ ਜਿਹੜਾ ਜੀ ਸਾਨੂੰ ਸੁਣਦਾ ਦੁਆਵਾਂ 'ਚ ਯਾਦ ਰੱਖਿਓ, ਅਸੀਂ ਵੀ ਤੁਹਾਡੇ ਵਾਸਤੇ ਦੁਆ ਕਰ ਰਹੇ ਹਾਂ, ਤੁਸੀਂ ਸਾਡੇ ਵਾਸਤੇ ਕਰੋ। ਅੱਲਾ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਸਲਾਮਤ ਰੱਖੇ, ਅਮਨੋ ਅਮਾਨ 'ਚ ਰੱਖੇ। ਚਲੀਏ। ਹਾਂਜੀ ਚਲੀਏ। ਕੀ ਬਣਿਆ? ਚਿਕਨ ਖਾਧੀ ਹੈ, ਚੜ ਗਈ ਪੈਟਰੋਲ ਤਰ੍ਹਾਂ, ਯਾ ਮੂੰਹ 'ਚ ਪਾ ਕੇ ਚਾਬੀ ਨਾ ਅੱਖਾਂ 'ਚ ਪਾਣੀ ਕੱਢ। ਠੰਡਾ ਜਿਹਾ ਮੂੰਹ, ਠੰਡਾ ਜਿਹਾ ਹੋਇਆ, ਠੰਡਾ ਹਿਸਾਬ ਦਾ ਹੋਵੇ, ਯਕਦਮ ਹੀ ਧੂੰਆਂ ਜਿਹਾ ਨਿਕਲਿਆ ਹੈ ਨਾ, ਤੈਨੂੰ ਨਹੀਂ ਆ? ਹਾਂ, ਇਹਨੂੰ ਚਿੰਗਮਾ ਹੀ ਕਮਾਏ ਕਿਤੇ, ਨਾਸ਼ਤਾ ਵੀ ਕਰਾਏ। ਇਹ ਨਾਸ਼ਤਾ ਤੂੰ ਮੈਨੂੰ ਕਰਾਉਣਾ, ਮੈਂ ਨਹੀਂ ਤੁਹਾਨੂੰ ਕਰਾਉਣਾ ਭਰਾਵਾ। ਕਿਤੇ ਰੋਕੇਗਾ ਤੇ ਫਿਰ ਹੀ ਕਰਾਂਗੇ। ਹੈਲੋ, ਹਾਊ ਆਰ ਯੂ? ਕੈਨ ਯੂ ਚੈੱਕ ਦ ਏਅਰ ਪ੍ਰੈਸ਼ਰ? ਅੱਛਾ, ਥੈਂਕ ਯੂ। ਅਸੀਂ ਹਵਾਵਾਂ ਭਰਵਾ ਲਈਏ, ਹਵਾਵਾਂ ਪੂਰੀਆਂ ਕਰਵਾ ਕੇ ਤੇ ਤੁਰਨਾ ਚਾਹੀਦਾ। ਨਹੀਂ, ਕਰਾਓ ਕਰਾਓ ਚੈੱਕ, ਅੱਲਾ ਖੈਰ। ਹਾਂ, ਉਵੇਂ ਦਸਤਾਨੇ ਦਸਤੂਨੇ ਪਾ ਕੇ ਫਿਰ ਹਵਾਵਾਂ ਭਰ ਗਏ ਸਾਡੇ ਤਰ੍ਹਾਂ ਇਹ। ਹਾਂ, ਉਹ ਦਸਤਾਨੇ ਪਾਏ ਪ੍ਰੋਪਰ। 30 30 3030 ਆਲ। ਮੈਂ ਕਿਹਾ ਪੂਰੀ ਪੂਰੀ 30 ਕਰਦੇ ਨਾ, ਦਸਤਾਨੇ ਦਸਤੂਨੇ ਪਾਏ ਮੈਂ। ਡਾਕਟਰ ਤਾਂ ਵੀ ਦਸਤਾਨੇ ਦਸਤੂਨੇ ਪਾ ਕੇ ਹਵਾ ਭਰ ਰਿਹਾ। ਹਾਂ, ਡਾਕਟਰ ਨੇ ਕੀ ਕੀਤਾ? ਸੇਫਟੀ ਰੱਖਦੇ ਇੱਥੇ ਭਾਈ। ਹਾਂ, ਸੇਫਟੀ। ਉਹ ਵੇਖੋ ਬੰਦਾ ਘੋੜੇ ਤੇ ਜਾਣ ਡਿਆ ਸੀ, ਉਹ ਡੰਗਰਾਂ ਦੇ ਮਗਰ। ਆਹੋ, ਫਿਰ ਇਹਨਾਂ ਦਾ ਕੰਮ ਆ ਖੁੱਲਾ। ਆਪਣਾ ਤਾਂ ਹੁੰਦਾ ਨਾ ਵੀ 2 ਕਿੱਲੇ 4 ਕਿੱਲੇ, ਇੱਥੇ ਤਾਂ ਇਹਨਾਂ ਨੇ ਪੂਰਾ ਪੂਰਾ ਪਹਾੜ ਮੱਲਿਆ। ਵੇਖੇ ਨਾ ਮਾਰਖਾ ਕੈਮਰਾ, ਇਹਨਾਂ ਨੇ ਗਾਈਆਂ ਬਹੁਤ ਰੱਖੀਆਂ, ਗਾਈਆਂ ਹੀ ਗਾਈਆਂ, ਗਾਈਆਂ ਹੀ ਗਾਈਆਂ, ਵਧੀਆ ਨਸਲ ਦੀਆਂ ਗਾਈਆਂ।
ਕੇ ਵਧੀਆ ਹੋਏ ਅਗਾ ਕੈਸੀਆਂ ਮਾਲ ਚੰਗਾ ਰੱਖਿਆ ਨਹੀਂ ਸੋਨਾ ਸੋਨਾ ਉਹ ਘੋੜੇ ਤੇ ਗੇੜਾ ਮਾਰਨ ਡਿਆ ਵੀ ਕਿਹੜੀ ਗਾਂ ਕੀ ਕਰਦੀ ਹੈ ਕੋ ਤੰਗ ਤੇ ਨਹੀਂ ਕਰਨ ਡਈ ਹਨਾ ਇਹਨੇ ਉਹ ਬਹੁਤ ਸੋਹਣਾ ਕੰਮ ਮਾਲ ਬੜਾ ਸੋਹਣਾ ਪੜਿਆ ਸੰਭਿਆ ਇਹ ਆਪਾਂ ਫਾਰਮ ਦਿਖਾਵਾਂਗੇ ਇੱਥੇ ਜਾ ਫਾਰਮ ਹੁਣ ਵੜ ਰਹੇ ਨੇ ਡੇਢ ਫਿਰ ਕਿਉਂ ਵੜ ਰਹੇ ਕਹਿੰਦੇ ਦੱਸੀ ਵੀ ਇੰਜਮ ਸਰੋਇਆ ਨਾਲ ਹੈ ਹਨਾ ਦੱਸੀ ਵੀ ਇੰਜਮ ਸਰੋਇਆ ਨਾਲ ਆ ਪਾਕਿਸਤਾਨ ਦਾ ਸਟਾਰ ਹਾਂਜੀ ਹਾਂ ਇੱਥੇ YouTube ਨਹੀਂ ਚੱਲਦੀ ਇੱਥੇ ਨਹੀਂ ਚੱਲਦੀ YouTube ਫਿਰ ਦੇਖਦੇ ਨਹੀਂ ਆਪਾਂ ਨੂੰ ਨਹੀਂ ਇਹ ਕਿੰਨਾ ਕਿਸੇ ਦੇਖਣਾ ਇਹ ਆਪਣੇ ਤੁਰਕੀ ਤੁਰ ਕੇ ਰਹਿੰਦੇ ਹੋਣੇ ਮੈਂ ਮੋੜ ਕੇ ਕੋਈ ਖਿਲਾਰਦਾ ਜਦੋਂ ਜ਼ਰਾ ਵੇਖ ਉਹ ਖਿਲਾਰ ਹੈ ਪਹਾੜਾਂ ਦੇ ਪੱਥਰਾਂ ਦੇ ਵਿੱਚ ਇਹ ਪੱਥਰ ਹੀ ਪੱਥਰ ਆ ਤੇ ਉੱਥੇ ਹੀ ਇਹ ਬੀਜਦੇ ਨੇ ਤੇ ਰੱਬ ਦਾ ਨਿਜ਼ਾਮ ਹੈ ਨਾ ਅਸੀਂ ਸਵਾਰੀਆਂ ਕਰ ਕਰਕੇ ਕਰੀਦੀਆਂ ਫਸਲਾਂ ਪੱਧਰੀਆਂ ਕਰਕੇ ਲੈਵਲ ਲੁਵਲ ਕਰਕੇ ਇਹ ਵੇਖੋ ਇੱਧਰ ਗਾਈਆਂ ਗਾਈਆਂ ਸਾਰੀਆਂ ਇੱਕ ਬੁਰੀ ਵਹਿੰਦੀ ਹੈ ਗਾਈ ਅੰਜਮ ਅੰਜਮਲ ਉਹ ਇਹਨਾਂ ਦਾ ਫਾਰਮ ਹੈ ਇਹ ਸਾਰੀਆਂ ਵੱਡੀ ਵੱਡੀ ਗਈ ਆ ਹਾਰਵੈਸਟਰ ਲੱਗੇ ਮੈਂ ਵੇਖਦਾ ਹਾਂ ਸਾਰੇ ਰਾਹ ਦੇ ਵਿੱਚ ਅਤੇ ਓਵਰਆਲ ਬਹੁਤ ਵਧੀਆ ਬਹੁਤ ਖੂਬਸੂਰਤ ਏਰੀਆ ਇਹ ਜਿਹੜਾ ਬਿਲਕੁਲ ਅੰਤਾਲੀਆ ਬਾਰਡਰ ਵਾਲੀ ਸਾਈਡ ਆ ਕੈਪਾਡੋਕੀਆ ਤੋਂ ਉਸ ਸਾਈਡ ਨੂੰ ਜੀ ਕੁਨੀਆਂ ਵਾਲੇ ਪਾਸੇ ਜਾਣ ਡਿਆ ਉੱਧਰ ਦਾ ਵਾ ਇਹ ਏਰੀਆ ਜਿੱਥੇ ਆਪਾਂ ਫਿਰਦੇ ਹਾਂ ਆਪਾਂ ਗੱਡ ਖਲੋਤਾ ਅਤੇ ਅੰਜਮ ਡਿਆ ਆਪਣੀਆਂ ਵੀਡੀਓ ਬਣਾਉਣ ਦੱਸਣ ਡਿਆ ਵੀ ਇੱਥੇ ਕਿਵੇਂ ਕਿਵੇਂ ਸੋ ਟੂਰ ਵਧੀਆ ਚੱਲ ਰਿਹਾ ਸਾਡਾ ਇਹ ਬਹੁਤ ਵਧੀਆ ਚੱਲ ਰਿਹਾ ਤੁਹਾਨੂੰ ਹੋਪਫੁਲੀ ਤੁਹਾਨੂੰ ਵੀ ਵਧੀਆ ਲੱਗਦਾ ਹੋਇਆ ਅਤੇ ਅਸੀਂ ਅੱਗੇ ਜਾ ਰਹੇ ਹਾਂ ਤੁਸੀਂ ਦੱਸਿਆ ਕੁਨੀਆਂ ਵਾਲੇ ਪਾਸੇ ਇਹ ਰਸਤੇ 'ਚ ਕਿਉਂਕਿ ਅਸੀਂ ਪਿੰਡਾਂ ਦੇ ਲੋਕ ਹਾਂ ਤਾਂ ਤੁਹਾਨੂੰ ਵੀ ਸ਼ੌਂਕ ਹੁੰਦਾ ਉਦੋਂ ਵੇਖੀਏ ਇੱਥੋਂ ਦੀ ਖੇਤੀ ਕੀ ਆ ਕੀ ਕਿਸ ਤਰ੍ਹਾਂ ਦਾ ਮਾਹੌਲ ਆ ਸਾਰਾ ਕੁਛ ਅਤੇ ਗਾਈਆਂ ਹੈ ਬਹੁਤ ਵਧੀਆ ਨਸਲ ਦੀਆਂ ਤੁਹਾਨੂੰ ਜ਼ੂਮ ਕਰਕੇ ਉਹ ਬੰਦਾ ਪਿੱਛੇ ਆਹ ਖਲੋਤਾ ਜਿਹੜਾ ਇਹ ਘੋੜੇ ਵਾਲਾ ਇਹ ਗਾਈਆਂ ਦਾ ਮਤਲਬ ਵੀ ਜਿਵੇਂ ਉਹ ਉਹਨਾਂ ਦਾ ਧਿਆਨ ਰੱਖਣ ਵਾਲਾ ਧਿਆਨ ਲੈਂਦਾ ਹੈ ਕਿ ਕਿਹੜੀ ਗਾਈ ਕਿਸੇ ਨੂੰ ਜਾਂਦੀ ਹੈ ਕਿਸੇ ਦੀ ਫਸਲ 'ਚ ਨਹੀਂ ਪੈਂਦੀ ਅੰਜਮ ਗਾਈਆਂ ਦੇ ਲਾਗੇ ਜਾ ਕੇ ਨਾ ਵੀਡੀਓ ਬਣਾ ਰਿਹਾ ਮੈਂ ਹੁਣ ਕੀ ਦੱਸ ਰਿਹਾ ਵੇਖੋ ਆਹ ਚਲੀ ਮੈਂ ਸੁਣਾਉਂਦਾ ਮਾੜਾ ਜਿਹਾ ਵੀ ਅੰਜਮ ਦੱਸਦਾ ਕੀ ਆ ਮੇਰਾ ਮਾਈਕ ਲੈ ਕੇ ਵਰਤਣ ਡਿਆ ਆਪਣਾ ਮਾਈਕ ਜਿਹੜਾ ਉਹਦਾ ਚੱਲਦਾ ਨਹੀਂ ਗਾ ਅਤੇ ਮੈਂ ਫਿਰ ਮੋਬਾਈਲ ਦੇ ਮਾਈਕ ਨੇ ਬਣਾਉਣ ਡਿਆ ਕਿਹੜੀ ਨਸਲ ਆ ਸਾਹੀਵਾਲ ਹਾਂ ਸਾਂਭ ਕਿੱਡੀ ਵਧੀਆ ਤਰੀਕੇ ਨਾਲ ਕਰਨ ਵੈ ਖੁੱਲਾ ਛੱਡਿਆ ਮਾਲ ਸਾਰਾ ਖੁੱਲਾ ਜਗ੍ਹਾ ਖੁੱਲੀ ਆ ਸੁੱਕਾ ਖਾਈ ਜਾਂਦੇ ਸਾਹੀਵਾਲ ਕਲਾਸ ਤੇ ਚੁੱਲ ਸਨ ਆਪਣੀਆਂ ਪਾਕਿਸਤਾਨ ਵਾਲੀਆਂ ਬਣਾ ਦਿੱਤੀਆਂ ਗਈਆਂ ਅੰਜਮ ਨੂੰ ਰਾਹ ਚ ਲੱਗ ਗਈ ਭੁੱਖ ਬਹੁਤ ਜ਼ਿਆਦਾ ਕਿਉਂਕਿ ਆਂਦਾ ਵੀ ਨਾਸ਼ਤਾ ਕਰਕੇ ਨਿਕਲਣਾ ਚਾਹੀਦਾ ਨਹੀਂ ਟਾਈਮ ਕੀ ਹੋਇਆ ਟਾਈਮ ਡੇਢ ਦੋ ਵੱਜਣ ਲੱਗੇ ਆ ਸਵੇਰ ਦੇ ਨਿਕਲੇ ਤੇ ਨਾਸ਼ਤਾ ਕੀਤਾ ਨੀ ਕਿਉਂ ਨੀ ਕੀਤਾ ਤੂੰ ਕਰਾਇਆ ਹੀ ਨੀ ਮੈਂ ਨੀ ਕਰਾਇਆ ਮੈਂ ਤੈਨੂੰ ਫੜ ਕੇ ਕਰਾਉਣਾ ਯਾਰ ਤੂੰ ਲਾਰੀ ਲੈ ਕੇ ਤਾਂ ਜਾਂਦਾ ਉੱਥੇ ਮੈਂ ਨਾ ਕਰਦਾ ਫਿਰ ਗੱਲ ਕਰ ਚਲੋ ਜੀ ਤੇਰਾ ਆਰਡਰ ਕੀ ਦਿੱਤਾ ਆਰਡਰ ਅਸੀਂ ਇਹਨਾਂ ਨੂੰ ਬੜਾ ਔਖਾ ਸਮਝਾਇਆ ਵੀ ਇੱਕ ਸਲਾਦ ਉਹ ਵੀ ਲੈ ਕੇ ਨਾ ਟਰਾਂਸਲੇਟਰ ਲੈ ਕੇ ਹੋਰ ਕੀ ਖਾਣਾ ਹੋਰ ਕੀ ਅੰਡਾ ਹਾਂ ਅੰਡਾ ਹਾਂ ਅੰਡਾ ਅੰਡਾ ਉਹਨੂੰ ਕਿਹਾ ਐਗ ਕੇ ਆ ਤੇ ਨਾਲ ਬ੍ਰੈਡ ਆਉਣੇ ਆ ਰੋਟੀ ਨਹੀਂ ਲੱਭਣੀ ਠੀਕ ਰੋਟੀ ਰੋਟੀ ਕਿਉਂਕਿ ਹੁੰਦੀ ਨਹੀਂ ਇਹਨਾਂ ਕੋਲ ਅਤੇ ਇਸ ਲੋਕੇਸ਼ਨ ਬੜੀ ਸੋਹਣੀ ਆ ਜਿੱਥੇ ਆਪਾਂ ਬਹਿ ਕੇ ਖਾਣੀ ਆ ਅਤੇ ਸ਼ੀਨਾ ਸਾਹਿਬ ਵਿੱਚ ਹੀ ਬੈਠੇ ਕਿ ਨਿਕਲ ਆਏ ਉਹ ਬਾਹਰ ਨਹੀਂ ਨਿਕਲਿਆ ਸ਼ਫਕਤ ਇੱਥੇ ਬਹਿ ਕੇ ਖਾਣਾ ਆਪਾਂ ਸ਼ਫਕਤ ਆ ਗਿਆ ਅਤੇ ਆਹ ਇਹਨਾਂ ਨੇ ਲੌਨ ਬਣਾਇਆ ਬਹਿ ਕੇ ਖਾਣ ਵਾਸਤੇ ਨਹੀਂ ਉੱਥੇ ਬਾਹਰ ਬਹਿੰਦੇ ਪਾਰਕ 'ਚ ਇੱਥੇ ਬਹਿੰਦੇ ਹਾਂ ਇਹਦੇ 'ਚ ਪਾਰਕ 'ਚ ਬਹਿੰਦੇ ਆਪਾਂ ਖੁੱਲ੍ਹੇ ਹੋਏ ਵਾਹੂ ਬਾਰੇ ਉਹ ਵੇ ਕਿੱਡੇ ਸੋਹਣੇ ਟੇਬਲ ਲੱਗੇ ਉੱਥੋਂ ਵੜਨਾ ਕਿੱਥੋਂ ਆਹ ਤੈਨੂੰ ਵਾੜ ਵੀ ਦਿੰਦੇ ਉਹਦਾ ਫੋਨ ਨਹੀਂ ਮੁੱਕਦਾ
ਘਰ ਦੀ ਤੋਂ ਡਰਦਾ ਉਹਨੇ ਪੰਜਾਂ ਮਿੰਟਾਂ ਬਾਅਦ ਤੋੜ ਦੇਣੀ ਹੁੰਦੀ ਆ ਮੈਂ ਜੀ ਇੱਥੇ ਆ ਗਿਆ ਅਸੀਂ ਜੀ ਆਹ ਕਰ ਰਹੇ ਹਾਂ ਉਹ ਕਹਿੰਦੇ ਠੀਕ ਹੈ ਆਂਦਾ ਵੀ ਉਹਦੀ ਮਜਬੂਰੀ ਆ ਉਹਨੇ 5 ਮਿੰਟ ਬਾਅਦ ਰਿਪੋਰਟ ਦੇਣੀ ਹੁੰਦੀ ਘਰ ਵੀ ਮੈਂ ਇੱਥੇ ਆ ਗਿਆ ਮੈਂ ਫੋਨ ਤੇ ਬਤਾਮ ਬਹੁਤਾ ਲੱਗਾ ਜੱਟ ਤੋਂ ਕੁਝ ਸਿੱਖ ਕੰਬੜਾ ਨੇ ਆਪਾ ਦੜਕਾ ਰੱਖੀ ਦਾ ਪੂਰਾ ਦਾਮਾ ਦੜਕਾ ਪੂਰਾ ਆ ਵੀ ਇੱਥੇ ਸਹੀ ਇੱਥੇ ਬਹਿਨੇ ਲੌਂਜ ਦੇ ਵਿੱਚ ਕਿੰਨੀ ਸੋਹਣੀ ਲੋਕੇਸ਼ਨ ਹੈ ਵੀ ਆਰ ਬਾਂਟ ਖਰਬਾਨੀ ਓਕੇ ਅੱਛਾ ਇੰਗਲਿਸ਼ ਨਾ ਅੱਛਾ ਮੈਂ ਕਿਹਾ ਪਤਾ ਨਹੀਂ ਕਰਿਆ ਨਾ ਤੋੜੋ ਆ ਤੋੜ ਕੇ ਖਾਣੀ ਆ ਇਸ਼ਾਰੇ ਨਾਲ ਸਾਰੀ ਲਾਈਨ ਨਹੀਂ ਗੱਲ ਸੀ ਇਹ ਇਸ਼ਾਰੇ ਦੀ ਜ਼ਬਾਨ ਤਕੜੀ ਆ ਭਾਈ ਮੈਂ ਇਸ਼ਾਰਾ ਤਾਂ ਨਹੀਂ ਕੀਤਾ ਮੈਂ ਕਿਤੇ ਮੰਗਣਾ ਨਾ ਸਮਝੇ ਮੈਂ ਇੰਗਲਿਸ਼ ਬੋਲਣ ਦੀ ਕਰੀ ਆ ਅਜੋ ਤੋੜ ਗਿਆ ਮੈਂ ਖਾ ਲਈ ਸਣੀ ਜੀ ਖਰਮਾਣੀ ਆ ਪੁੱਛ ਕੇ ਖਾਦੀਆਂ ਸੀ ਓਦਾਂ ਨੀ ਖਾਦੀਆਂ ਪੁੱਛਿਆ ਜੀ ਅੰਜਮ ਅੰਜਮ ਨੇ ਬਹੁਤ ਇਸ਼ਾਰੇ ਨਾਲ ਪੁੱਛਿਆ ਪਹਿਲਾਂ ਇੰਗਲਿਸ਼ ਪੁੱਛਿਆ ਪਰ ਨਹੀਂ ਗੱਲ ਬਣੀ ਇਸ਼ਾਰਾ ਚੱਲ ਪਿਆ ਲਾ ਲੋ ਦੋ ਚਲ ਲੈ ਚੱਲਦੇ ਬਹੁਤ ਸੋਹਣਾ ਬਣਾਇਆ ਇਹਨਾਂ ਨੇ ਹੋਟਲ ਦਾ ਲੌਂਜ ਆ ਬੜੀ ਮਿੱਠੀ ਹੈ ਯਾਰ ਮਿੱਠੀਆ ਕੁਦਰਤ ਨੇ ਇਹਨਾਂ ਦਾ ਬੜਾ ਸਾਥ ਦਿਆ ਅੱਛਾ ਇਹਨਾਂ ਨੂੰ ਐਸੀ ਐਸੀਆਂ ਛਾਵਾਂ ਦਿੱਤੀਆਂ ਇਹਨਾਂ ਦਾ ਰੋਜ਼ਗਾਰ ਚੱਲ ਗਿਆ ਹਾਂ ਇੱਕ ਹੁੰਦਾ ਇਕੱਲਾ ਕਾਨੂੰਨ ਹੈ ਕਾਨੂੰਨ ਤਾਂ ਚਲੋ ਇੱਥੇ ਹੈ ਹੀ ਹੈ ਸਾਡੇ ਕਾਨੂੰਨ ਵੀ ਨਹੀਂ ਹੈ ਚਲੋ ਸਾਡੇ ਚਲੋ ਇੱਥੇ ਘੁੰਮੋ ਬਾਕੀ ਤਾਂ ਛਾਵਾਂ ਹੈ ਕਿ ਨਹੀਂ ਹੈ ਕਾਨੂੰਨ ਵੀ ਪੂਰਾ ਜੀ ਲਓ ਜੀ ਰੋਟੀ ਰੋਟੀ ਆਪਾਂ ਲਈ ਹੈ ਖਾ ਅੰਜਮਨ ਦਾ ਵੀ ਮੇਰੀ ਹੋ ਗਈ ਹੈ ਬਿਲਕੁਲ ਬਸ ਮੈਂ ਗਾਂਹ ਨਹੀਂ ਜਾ ਸਕਦਾ ਰੋਟੀ ਨਾ ਖਾਧੀ ਪਰ ਇਹਨੂੰ ਮੈਂ ਆਖਿਆ ਵੀ ਇਹ ਸਫ਼ਰ ਤਾਂ ਇੱਦਾਂ ਹੀ ਹੁੰਦਾ ਕਿਉਂ ਬਈ ਨਹੀਂ ਸਫ਼ਰ ਤਾਂ ਹੁੰਦਾ ਖਾਲੀ ਪੇਟ ਤਾਂ ਨਹੀਂ ਨਾ ਹੁੰਦਾ ਅੱਛਾ ਜਦੋਂ ਤੂੰ ਲਾਇਆ ਨਾ ਗਾਣਾ ਗਾਣੇ ਦੇ ਵਿੱਚ ਹੋਈ ਨਾ ਦਮ 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 ਉਹ ਖਾਲੀ ਪੇਟ ਨਾ ਉਹ ਧੁੜਕੂ ਦਿਲ ਨੂੰ ਲੱਗਦਾ ਤੇ ਮੈਂ ਕਿਹਾ ਰੋਟੀ ਖਾ ਲਈ ਲੈ ਹੁਣ ਤੂੰ ਗਾਣਾ ਚਲਾ ਲੈ ਅੱਛਾ ਖਾਲੀ ਪੇਟ ਕਦੀ ਗਾਣਾ ਨਾ ਸੁਣ ਉਹ ਵਿੱਚ ਧਮਕ ਆਉਂਦੀ ਆ ਨਾ ਉਹ ਸਿੱਧੀ ਦਿਲ ਨੂੰ ਪੈਂਦੀ ਦਿਲ ਵਿੱਚ ਹੀ ਧਮਕ ਹੁਣ ਹਟ ਜੂਗੀ ਹੁਣ ਖਾ ਰੋਟੀ ਖਾ ਲਈ ਹੁਣ ਧਮਕ ਨਹੀਂ ਹੁਣ ਤੇ ਸ਼ਹਿਦ ਖਾ ਲਿਆ ਨਾਲ ਨਾਲ ਆਂਡੇ ਖਾ ਲਏ ਹਾਂ ਹੁਣ ਧੁੜਕੂ ਨਹੀਂ ਲੱਗਦਾ ਤੇ ਅੱਲਾ ਦੇ ਸ਼ੁਕਰ ਹੁਣ ਆਪਾਂ ਸਫ਼ਰ ਨਿਬੇੜੀਏ ਆਪਾਂ ਚੱਲੀਏ ਹੁਣ ਫਟਾਫਟ ਪਹੁੰਚਦੇ ਅੱਗੇ ਇਨਸ਼ਾਅੱਲਾ ਆ ਵੀ ਦੋਸਤੋ ਗੱਡੀ ਦਾ ਸਾਰਾ ਸਮਾਨ ਸਾਡਾ ਉੱਤੇ ਹੈ ਤੇ ਅੱਗੇ ਹੁਣ ਆਪਾਂ ਸਪੀਡੋ ਸਪੀਡ ਪੂਨੀਆਂ ਪਹੁੰਚਦੇ ਹਾਂ ਤੇ ਅਗਲੀ ਗੱਲਬਾਤ ਫੇਰ ਕਰਦੇ ਹਾਂ ਆਪਾਂ ਬਹਿ ਜਾਓ ਬਾਈ ਫਟਾਫਟ ਮੁੰਡਿਓ ਸਰੋਇਆ ਭੁੱਲ ਜਾਂਦਾ ਸਰੋਇਆ ਬਹਿ ਜਾਂਦਾ ਵਾ ਡਰਾਈਵਰ ਵਾਲੀ ਸਾਈਡ 'ਤੇ ਇਸ ਸਾਈਡ 'ਤੇ ਕਿਉਂਕਿ ਸਾਡੇ ਆ ਸੀਟਾਂ ਉੱਧਰ ਪਾਕਿਸਤਾਨ ਅਤੇ ਇਸ ਸਾਈਡ 'ਤੇ ਆਏ ਭੁੱਲ ਭੁੱਲ ਬਹਿ ਜਾਂਦਾ ਤੂੰ ਭੁੱਲਦਾ ਕਿਉਂ ਉਹ ਚੇਤੇ ਨਹੀਂ ਰਹਿੰਦਾ ਲੱਗਦਾ ਵੀ ਉੱਧਰ ਬਹਿਣਾ ਅੱਛਾ ਪੁੱਠਾ ਲੱਗਾ ਇਹਦਾ ਹਾਂ ਖਾਣੇ ਦਾ ਸਵਾਦ ਆ ਗਿਆ ਪੂਰਾ ਬਹਿਣ ਦਾ ਬੜਾ ਵਧੀਆ ਬਹੁਤ ਸੋਹਣੀ ਥਾਂ ਨੇਚਰ ਵਧੀਆ ਬਹੁਤ ਸੋਹਣੀ ਥਾਂ ਕਿਵੇਂ ਦਾ ਬਣਾਇਆ ਬਾਹਰ ਉਹਨਾਂ ਲੱਕੜ ਜੀ ਦਾ ਨਾ ਨੈਟ ਤਾਂ ਛੱਡੀ ਨੈਟ ਛੱਡ ਚੰਡ ਨਾ ਛੱਡ ਨਹੀਂ ਨੈਟ ਛੱਡ ਸਾਡਾ ਤਕਰੀਬਨ ਰਹਿ ਗਿਆ 1 ਘੰਟੇ ਦਾ ਰਾਹ 1 ਘੰਟੇ ਤੇ 24 ਮਿੰਟਾਂ ਦਾ ਸੁਨਿਆ ਸਾਹਿਬ ਉਹ ਮੱਕੀ ਲੱਗੀ ਵੇਖਣ ਗਿਆ ਵਾ ਨਾਲ ਆਪਣੀ ਵੀਡੀਓ ਬਣਾ ਲਿਆ ਵੀ ਇੱਥੇ ਖੇਤੀਬਾੜੀ ਕਿੱਦਾਂ ਦੀ ਹੁੰਦੀ ਆ ਵੇਖ ਰਿਹਾ ਪਾਣੀ ਲੱਗਾ ਸੀ ਉਹਦਾ ਡ੍ਰਿਪ ਸਿਸਟਮ ਦੇ ਨਾਲ ਅਤੇ ਰੋਡ ਕ੍ਰਾਸ ਕਰਕੇ ਅਤੇ ਉੱਧਰ ਗਿਆ ਦੂਜੀ ਸਾਈਡ 'ਤੇ ਉਹ ਧਿਆਨ ਨਾ ਧਿਆਨ ਨਾ ਸਾਫਾ ਬੰਨਿਆ ਵਾ ਸਿਰ 'ਤੇ ਲਗਾ ਫਿਰਦਾ ਟਰੱਕਾਂ ਦੇ ਵਿੱਚ ਦੀ ਹੁਣ ਇੱਧਰੋਂ ਵੇਖਣਾ ਇੱਧਰੋਂ ਧਿਆਨ ਨਾ ਧਿਆਨ ਨਾ ਕੀ ਆ
ਕੈਮਰਾਮੈਨ ਇਹ ਆ ਤੇ ਗੱਡੀ ਥੋੜੀ ਅੱਗੇ ਕਰ ਕਿਉਂਕਿ ਮੈਂ ਗੱਡੀ ਚੜਾਈ ਆ ਸਾਈਡ ਤੇ ਇੱਕ ਮਿੰਟ ਮਾੜੀ ਜੀ ਮੈਂ ਗੱਡੀ ਅੱਗੇ ਕਰ ਲਾ ਫਿਰ ਸਰੋਇਆ ਸਾਹਿਬ ਨਾਲ ਗੱਲ ਕਰਦੇ ਆ ਜਾਓ ਸਰੋਇਆ ਸਾਹਿਬ ਆ ਜਾਓ ਆ ਗਿਆ ਆਪਣਾ ਬੰਦਾ ਕਿਸ ਤਰ੍ਹਾਂ ਲੱਗੀ ਇਹਨਾਂ ਦੀ ਖੇਤੀ ਸਰੋਇਆ ਸਾਹਿਬ ਕੋਈ ਨੀ ਖੇਤੀ ਇਲਾਕਾ ਖਾਤਾ ਕੋਈ ਨੀ ਪਰ ਹਜੇ ਦਾਣਾ ਦੂਣਾ ਨੀ ਪਿਆ ਚੰਗੀ ਆ ਬੜੀ ਖੇਤੀ ਉਹੀ ਜਿਵੇਂ ਅੱਗੇ ਤੁਹਾਨੂੰ ਦੱਸਿਆ ਸੀ ਟਾਇਰਾਂ ਦੇ ਰਿਲੈਕਸੇਸ਼ਨ ਵਾਸਤੇ ਨਾਲੇ ਪਤਾ ਲੱਗੇ ਲਾ ਵੀ ਅਸੀਂ ਪਹੁੰਚਣ ਵਾਲੇ ਹਾਂ ਹੁਣ ਕੋਨੀਆ ਸ਼ਹਿਰ ਦੇ ਵਿੱਚ ਥੋੜ੍ਹੀ ਦੇਰ 'ਚ ਘੰਟਾ ਕੁ ਲੱਗ ਜਾਏਗਾ ਸਾਨੂੰ ਅਤੇ ਅਗਲਾ ਬਲੌਗ ਜਿਹੜਾ ਸਾਡਾ ਮੌਲਾਨਾ ਰੋਮੀ ਸਾਹਿਬ ਦੇ ਬਾਜ਼ਾਰ 'ਤੇ ਅਤੇ ਉਸ ਤੋਂ ਬਾਅਦ ਜਿਹੜਾ ਹੁੰਦਾ ਧਮਾਲ ਜਿਹੜੀ ਆ ਉਹ ਤੁਹਾਨੂੰ ਵਿਖਾਵਾਂਗੇ ਕੋਨੀਆ ਕੁਛ ਸ਼ਹਿਰ ਵਿਖਾਵਾਂਗੇ ਅਤੇ ਇਸ ਤੋਂ ਫੌਰਨ ਬਾਅਦ ਕੋਨੀਆ ਵਾਲਾ ਬਲੌਗ ਕੱਲ੍ਹ ਵੇਖਣਾ ਨਾ ਭੁੱਲਿਓ ਮਿਲਦੇ ਆ ਕੱਲ੍ਹ ਰੱਬ ਰਾਖਾ ਇੱਧਰ ਸੁਣਿਆ ਸਰ ਰੱਬ ਰਾਖਾ ਕਰ ਦਿਓ ਰੱਬ ਰਾਖਾ ਰੱਬ ਰਾਖ ਰੱਬ ਰਾਖ ਰੱਬ ਰਾਖ ਰੱਬ ਰਾਖ ਬੈਲਟ ਵੀ ਲਾਈਦਾ ਬੈਲਟ ਲਾ ਫਟਾਫਟ ਸੁਣਿਆ ਸਾਹਿਬ ਬੈਲਟ ਭੁੱਲ ਜਾਂਦੇ ਬੈਲਟ ਫਟਾਫਟ ਲਾ ਦਾ ਓਕੇ ਜੀ ਮਿਲਦੇ ਹਾਂ ਤੁਹਾਨੂੰ ਕੱਲ੍ਹ ਅਗਲੇ ਵਲੌਗ 'ਚ ਰੱਬ ਰਾਖਾ